ਅੱਜ ਹਰਿਆਣਾ ਦੇ ਬਦਮਾਸ਼ਾਂ ਨੇ ਸ਼ਰੇਆਮ ਪੌਣੇ 7 ਲੱਖ ਰੁਪਏ ਬੈਂਕ ਦੇ ਬਾਹਰ ਲੁੱਟ ਕੇ ਫਰਾਰ ਹੋ ਗਏ। ਇੱਥੋਂ ਦੇ ਪੁਰਾਣਾ 5 ਰਤਨ ਸਿਨੇਮਾ ਰੋਡ ਤੇ ਅੱਜ ਹਥਿਆਰਬੰਦ ਨਕਾਬਪੋਸ਼ ਲੁਟੇਰਿਆਂ ਨੇ ਬੈਂਕ ਦੇ ਵਿੱਚ ਨਕਦੀ ਜਮ੍ਹਾਂ ਕਰਵਾਉਣ ਜਾ ਰਹੇ ਵਿਅਕਤੀ ਤੋਂ ਦਿਨ ਦਿਹਾੜੇ ਪੌਣੇ 7 ਲੱਖ ਰੁਪਏ ਨਕਦੀ ਲੁੱਟ ਲਈ ਅਤੇ ਫਰਾਰ ਹੋ ਗਏ। ਸੂਚਨਾ ਮਿਲੇ ਤੇ ਪੁਲਿਸ ਨੇ ਸ਼ਹਿਰ ਦੇ ਵਿੱਚ ਨਾਕਾਬੰਦੀ ਕੀਤੀ ਹੈ, ਪਰ ਫਿਲਹਾਲ ਲੁਟੇਰਿਆਂ ਦਾ ਕੋਈ ਵੀ ਸੁਰਾਗ ਨਹੀਂ ਲੱਗਿਆ। ਪੁਲਿਸ ਘਟਨਾ ਦੇ ਨੇੜਲੇ ਸੀਸੀਟੀਵੀ ਕੈਮਰਿਆਂ ਦੇ ਬਾਰੇ ਜਾਂਚ ਕਰ ਰਹੀ ਹੈ। ਕਾਲਾਵਾਲੀ ਦੇ ਰਹਿਣ ਵਾਲਾ ਜਿਹੜਾ ਵਿਪਨ ਕੁਮਾਰ ਆ, ਕਾਲਾਵਾਲੀ ਦੇ ਰੇਲਵੇ ਸਟੇਸ਼ਨ ਦੇ ਸਾਹਮਣੇ ਬੈਂਕ ਮਿੱਤਰ ਦੀ ਬ੍ਰਾਂਚ ਚਲਾਉਂਦਾ ਏ। ਉਹਦੇ ਪਿਤਾ ਅੱਜ ਸਵੇਰੇ 10:30 ਵਜੇ ਹਰਬੰਸ ਲਾਲ ਸਕੂਟਰੀ ਤੇ ਬੈਂਕ ਦੇ ਵਿੱਚ ਨਕਦੀ ਜਮ੍ਹਾਂ ਕਰਵਾਉਣ ਜਾ ਰਿਹਾ ਸੀ। ਉਸਦੇ ਕੋਲ ਸਕੂਟਰੀ ਦੀ ਡਿੱਕੀ ਦੇ ਵਿੱਚ ਤਕਰੀਬਨ 7.25 ਲੱਖ ਰੁਪਏ ਸਨ। ਜਦੋਂ ਉਹ ਪੁਰਾਣੀ 5 ਰਤਨ ਸਿਨੇਮਾ ਰੋਡ ਤੇ ਬ੍ਰੇਕਰ ਦੇ ਨੇੜੇ ਪਹੁੰਚਿਆ ਤਾਂ 2 ਮੋਟਰਸਾਈਕਲ ਤੇ ਸਵਾਰ 3 ਨਕਾਬਪੋਸ਼ ਲੁਟੇਰਿਆਂ ਨੇ ਤੇਜ਼ ਤਾਰ ਹਥਿਆਰ ਦਿਖਾਉਂਦੇ ਹੋਏ ਉਸ ਨੂੰ ਰੋਕ ਲਿਆ। ਉਹਨਾਂ ਨੇ ਆਲੇ ਦੁਆਲੇ ਜੋ ਵੀ ਲੋਕ ਸੀ ਉਹਨਾਂ ਨੂੰ ਹਥਿਆਰ ਦਾ ਡਰਾਵਾ ਦਿੰਦੇ ਹੋਏ ਸਕੂਟਰੀ ਖੋਹ ਕੇ ਪੰਜਾਬ ਬੱਸ ਸਟੈਂਡ ਵੱਲ ਅਤੇ ਨਕਦੀ ਪੈਸੇ ਖੋਹ ਕੇ ਪੰਜਾਬ ਬੱਸ ਸਟੈਂਡ ਵੱਲ ਫਰਾਰ ਹੋ ਗਏ। ਹਰਬੰਸ ਲਾਲ ਨੇ ਤੁਰੰਤ ਹੀ ਪੁਲਿਸ ਨੂੰ 112 ਨੰਬਰ ਤੇ ਕਾਲ ਕੀਤੀ। ਇਸ ਦੌਰਾਨ ਕਾਲਾਵਾਲੀ ਦੇ SHO ਵਿਕਰਮ ਜੋਸ਼ਨ ਟੀਮ ਸਨੇ ਮੌਕੇ ਤੇ ਪੁੱਜੇ ਤੇ ਘਟਨਾ ਦਾ ਜਾਇਜ਼ਾ ਵੀ ਲਿਆ। ਘਟਨਾ ਦੇ ਮਗਰੋਂ ਪੁਲਿਸ ਨੇ ਸ਼ਹਿਰ ਦੇ ਵਿੱਚ ਕਈ ਥਾਵਾਂ ਤੇ ਨਾਕੇ ਲਾ ਦਿੱਤੇ, ਪਰ ਖਬਰ ਲਿਖੇ ਜਾਣ ਤੱਕ ਇਸ ਸੰਬੰਧੀ ਕਿਸੇ ਨੂੰ ਕੋਈ ਵੀ ਕਾਬੂ ਕਰਨ ਦੀ ਕੋਈ ਵੀ ਭਿਣਕ ਨਹੀਂ ਪਈ। ਪੁਲਿਸ ਇਸ ਬਾਰੇ ਅੱਗੇ ਜਾਂਚ ਕਰ ਰਹੀ ਹੈ।